ਰਿਲੀਜ਼ ਹੋਇਆ ਫਿਲਮ ਬੀਬੀ ਰਜਨੀ ਦਾ ਟ੍ਰੇਲਰ। 30 ਅਗਸਤ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਕਿ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਪੀਰੀਅਡ ਡਰਾਮਾ ਫਿਲਮ ਦੇ ਵਿੱਚ ਯੋਗਰਾਜ ਸਿੰਘ, ਰੂਪੀ ਗਿੱਲ, ਗੁਰਪ੍ਰੀਤ ਘੁੱਗੀ, ਜਸ ਬਾਜਵਾ, ਗੁਰਪ੍ਰੀਤ ਪੰਗੂ, ਸੀਮਾ ਕੌਸ਼ਲ, ਪ੍ਰਦੀਪ ਚੀਮਾ, ਬੀ ਐਨ ਸ਼ਰਮਾ, ਧੀਰਜ ਤੇ ਕਈ ਹੋਰ ਕਲਾਕਾਰਾਂ ਦਾ ਅਹਿਮ ਰੋਲ ਹੈ। ਫਿਲਮ ਦਾ ਟ੍ਰੇਲਰ ਤੁਹਾਨੂੰ ਉਸ ਵਕਤ ਵੱਲ ਲੈ ਜਾਏਗਾ, ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਉਸ ਵਕਤ ਨੂੰ ਹੀ ਦੇਖ ਰਹੇ ਹੋ। ਰੱਬ ਉੱਤੇ ਵਿਸ਼ਵਾਸ ਦੀ ਕਹਾਣੀ ਹੈ ਬੀਬੀ ਰਜਨੀ। ਪਿਛਲੇ ਕੁਝ ਸਮੇਂ ਤੋਂ ਫਿਲਮ ਦੀ ਟੀਮ ਇਸ ਨੂੰ ਵੱਖ ਵੱਖ ਸ਼ਹਿਰਾਂ ਤੇ ਵੱਖ ਵੱਖ ਥਾਵਾਂ ਉੱਤੇ ਜਾ ਕੇ ਪ੍ਰਮੋਟ ਕਰ ਰਹੀ ਹੈ, ਜਿੱਥੇ ਕਿ ਪਿੰਗਲਵਾੜਾ ਜਾ ਕੇ ਟੀਮ ਨੇ ਸਭ ਤੋਂ ਪਹਿਲਾਂ ਵਿਜ਼ਿਟ ਕੀਤਾ ਤੇ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਮਨੁੱਖਤਾ ਦੀ ਸੇਵਾ NGO ਵਿਖੇ ਟੀਮ ਪਹੁੰਚੀ, ਜਿੱਥੇ ਕਿ ਉਹਨਾਂ ਨੇ ਸਭ ਦੇ ਨਾਲ ਤਸਵੀਰਾਂ ਖਿਚਾਈਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਸ ਤੋਂ ਬਾਅਦ ਫਿਲਮ ਦੀ ਟੀਮ ਪਹੁੰਚੀ ਯੂਨੀਕ ਹੋਮਸ, ਛੋਟੇ ਛੋਟੇ ਬੱਚਿਆਂ ਦੇ ਨਾਲ ਫਿਲਮ ਦੀ ਟੀਮ ਮਿਲੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ ਕਿ ਫਿਲਮ ਦੀ ਕੋਈ ਟੀਮ ਪਿੰਗਲਵਾੜਾ, ਮਨੁੱਖਤਾ ਦੀ ਸੇਵਾ ਤੇ ਯੂਨੀਕ ਹੋਮਸ ਵਰਗੇ NGOs ਵਿੱਚ ਗਈ ਹੋਵੇ ਤੇ ਉੱਥੇ ਜਾ ਕੇ ਵਿਜ਼ਿਟ ਕੀਤਾ ਤੇ ਫਿਲਮ ਨੂੰ ਪ੍ਰਮੋਟ ਕੀਤਾ। ਫਿਲਮ ਦੀ ਕਹਾਣੀ ਇਹਨਾਂ ਐਲੀਮੈਂਟਸ ਨੂੰ ਵੀ ਟੱਚ ਕਰਦੀ ਹੈ, ਜਿਸ ਕਰਕੇ ਫਿਲਮ ਦੀ ਟੀਮ ਨੇ ਫਿਲਮ ਨੂੰ ਪ੍ਰਮੋਟ ਕਰਨ ਲਈ ਇਹ ਥਾਵਾਂ ਚੁਣੀਆਂ। ਬਾਕੀ ਫਿਲਮ 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਉਡੀਕ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਸ਼ਾਨਦਾਰ ਰਿਐਕਸ਼ਨ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।